ਹਾਂ ਬਾਈ ਜੀ ਅਸੀਂ ਦਰਾਜ ਤੋਂ ਨਾ ਇੱਥੇ ਐਮਰਜੈਂਸੀ ਮਰੀਜ਼ ਲੈ ਕੇ ਆਏ ਸੀ, ਬੱਚਾ ਹੋਣ ਵਾਲਾ ਸੀਗਾ ਤੇ ਉਹਦਾ ਵੀ ਇੱਕ ਮਿੰਟ ਉਹਦਾ ਬੀਪੀ ਬਾਈ ਪੂਰਾ ਹਾਈ ਹੋਇਆ ਵਾ ਸੀ, ਇਨਫੈਕਸ਼ਨ ਹੋਈ ਵੀ, ਟੈਸਟ ਕਰਾਏ, ਇੱਥੇ ਐਂਬੂਲੈਂਸ ਖੜਾ ਕੇ ਇਹਨਾਂ ਨੇ ਸਾਡਾ ਤੇ ਮਰੀਜ਼ ਵਿੱਚ ਪਾਤਾ। ਅਸੀਂ ਆਖਿਆ ਬਾਈ ਸਾਡੀ ਵੀ 15 ਮਿੰਟਾਂ ਬਾਅਦ ਜਦੋਂ ਇਸ ਦੇ ਵਿੱਚ ਤੁਸੀਂ ਐਂਬੂਲੈਂਸ ਕਿਉਂ ਨਹੀਂ ਤੋਰਦੇ, ਤਾਂ ਹਸਪਤਾਲ ਦਾ ਇੱਕ ਮੁੰਡਾ ਜਸਪ੍ਰੀਤ ਸਿੰਘ ਇੱਥੇ ਲੱਗਿਆ ਵਾ ਸਟਾਫ ਦਾ, ਉਹ ਕਹਿੰਦਾ ਵੀ ਇੱਕ ਮਰੀਜ਼ ਇਹਦੇ ਵਿੱਚ ਹੋਰ ਵੜਨਾ, ਇੱਕ ਐਂਬੂਲੈਂਸ ਦੇ ਵਿੱਚ 2 ਮਰੀਜ਼ ਫਰੀਦਕੋਟ ਭੇਜਦੇ ਸੀ, ਸਾਡੇ ਮਰੀਜ਼ ਕੋਲੇ ਬੱਚਾ ਹੋਣਾ ਸੀ, ਪੂਰਾ ਐਮਰਜੈਂਸੀ ਕੇਸ ਸੀ। ਜਦੋਂ ਅਸੀਂ ਆਖਿਆ ਵੀ ਸਾਡੀ ਬਾਈ ਐਂਬੂਲੈਂਸ ਤੋਰਦੇ ਵੀ ਸੀਰੀਅਸ ਕੇਸ ਆ, ਤਾਂ ਉਹ ਮੁੰਡਾ ਜਸਪ੍ਰੀਤ ਆ ਜਿਹੜਾ ਨਾਮ ਇੱਥੇ ਸਰਕਾਰੀ ਹਸਪਤਾਲ 'ਚ ਲੱਗਿਆ ਵਾ, ਉਹ ਕਹਿੰਦਾ ਬਾਈ ਅਸੀਂ ਤਾਂ ਟਾਈਮ ਪਾਸ ਕਰਦੇ ਹਾਂ, ਤੁਸੀਂ ਕਰ ਲਓ ਜਿਹੜਾ ਕੁਛ ਕਰਨਾ। ਫਿਰ ਅਸੀਂ ਆਖਿਆ ਵੀ ਅਸੀਂ ਧਰਨਾ ਲਾਵਾਂਗੇ ਸਰਕਾਰੀ ਹਸਪਤਾਲ ਦੇ ਬਾਹਰ ਉੱਤੇ। ਆਹ ਖੜੀ ਆ, ਇਹਦੀ ਨੂੰਹ ਹੈ, ਅਨਪੜ੍ਹ ਨੇ, ਗਰੀਬ ਨੇ, ਵਿਚਾਰੇ ਮਜ਼ ਵੀ ਸਿੱਖਣਦੇ ਆ, ਸਾਡੀ ਇੱਥੇ ਇਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ। ਸਟਾਫ ਨੂੰ ਅਸੀਂ ਪੁੱਛਿਆ ਵੀ ਸਾਨੂੰ ਤੁਹਾਡਾ ਸ਼ਿਕਾਇਤ ਨੰਬਰ ਦੇ ਦਿਓ, ਤਾਂ ਅੰਦਰ ਗੇਟ ਲਾ ਕੇ ਬਹਿ ਗਏ, ਸਾਨੂੰ ਕਿਸੇ ਨੇ ਕੋਈ ਨੰਬਰ ਨਹੀਂ ਦੱਸਿਆ। ਤੇ ਇਹਨਾਂ ਦੇ ਕੋਈ ਸੀਨੀਅਰ ਅਧਿਕਾਰੀ ਨਾਲ ਗੱਲ ਹੋਈ? ਇਹਨਾਂ ਦੇ ਹੋਈ ਸੀ ਜੀ, ਸਾਡੀ ਕੋਈ ਸੁਣਵਾਈ ਨਹੀਂ ਹੋਈ। ਤੇ ਇੱਕ ਮਰੀਜ਼ ਰੈਫਰ ਹੋਰ ਕਰਿਆ ਹੋਇਆ, ਅੱਜ ਉਹਨੂੰ ਦਿਖਾ ਦਿੰਦਾ, ਪਹਿਲਾਂ ਉਹਨੂੰ ਘੰਟਾ ਇੱਥੇ ਪਾਈ ਰੱਖਿਆ, ਮੈਂ ਵੀਡੀਓ ਵੀ ਬਣਾਈ ਉਹਦੀ, ਅੱਜ ਉਹਨੂੰ ਦਿਖਾ ਦਿੰਦਾ ਅੰਦਰ, ਅੱਜ ਉਹਨੂੰ ਅੰਦਰ ਦਿਖਾਉਂਦੇ ਆ। ਐਮਰਜੈਂਸੀ ਪੈ 4 ਵਜੇ ਦਾ ਰੈਫਰ ਕੀਤਾ ਹੋਇਆ ਮਰੀਜ਼, ਉਹ ਹਜੇ ਤੱਕ ਹਜੇ ਕੋਈ ਵਾਇਦਾ ਹੀ ਨਹੀਂ। ਆ ਉਹਨਾਂ ਦੇ ਮਤਲਬ ਪੇਰੈਂਟਸ ਖੜੇ ਨੇ, ਆ ਮਰੀਜ਼ ਜੀ ਸਰਕਾਰੀ ਹਸਪਤਾਲ ਐਮਰਜੈਂਸੀ ਦੇ ਵਿੱਚ ਲਾਈ ਗਈ ਆ, ਦੇਖ ਲਓ ਗੇਟ ਦੇ ਮੁੰਡੇ ਖੜਾਈ ਖੜੇ ਨੇ। ਉਹ ਮੁੰਡਾ ਕਹਿੰਦਾ ਜੀ ਉਹ ਜਸਪ੍ਰੀਤ ਸਿੰਘ ਨਾਮ ਉਹਦਾ, ਸਾਨੂੰ ਮਤਲਬ ਸਾਡੇ ਨਾਲ ਮਿਸਬਿਹੇਵ ਕੀਤਾ ਤੁਹਾਨੂੰ ਫੋਨ ਕਰਾ, ਜੇ ਸਾਡਾ ਮਰੀਜ਼ ਮਤਲਬ ਐਮਰਜੈਂਸੀ ਨਾ ਹੁੰਦਾ ਤਾਂ ਚਲੋ ਅਸੀਂ ਕੋਈ ਗੱਲ ਨਹੀਂ, ਇੱਕ ਐਂਬੂਲੈਂਸ 2 ਪਾ ਕੇ ਲੈ ਜਾਂਦੇ, ਸਾਨੂੰ ਉਲਟਾ ਇਹ ਬੋਲਿਆ ਵੀ ਅਸੀਂ ਤਾਂ ਟਾਈਮ ਪਾਸ ਕਰਦੇ, ਤੁਸੀਂ ਕਰ ਲਓ ਜਿਹੜਾ ਕੁਛ ਕਰਨਾ। ਓਕੇ ਸਟਾਫ ਇੱਥੇ ਬਾਕੀ 4 ਵਜੇ ਦਾ ਰੈਫਰ ਕੀਤਾ ਹੋਇਆ, ਕੁਛ ਨਹੀਂ ਸੁਣਦੇ।